ਸਟਬਲ ਬਰਨਿੰਗ ਦੀ ਪ੍ਰੋਬਲਮ ਹੈ ਹਮੇਸ਼ਾ, ਇਹ ਉਦੋਂ ਤੱਕ ਖਤਮ ਨਹੀਂ ਹੋ ਸਕਦੀ। ਕਿਸਾਨ ਵਿਚਾਰਾ ਕੀ ਕਰੇ ਜਦੋਂ ਤੱਕ ਆਪਾਂ ਉਹਨੂੰ ਮਸ਼ੀਨਾਂ ਜਿਹੜਾ ਹੈਪੀ ਸੀਡਰ ਹੈ, ਬੇਲਰ ਹੈ, ਉਹ ਲੀਜ਼ 'ਤੇ ਨਹੀਂ ਦੇਵਾਂਗੇ, ਅੱਗੇ ਬਾਇਓਗੈਸ ਪਲਾਂਟ ਲੱਗਣ। ਇੱਕ ਹਾਰਸ਼ ਰਿਐਲਿਟੀ ਹੈ ਕਿ ਪੰਜਾਬ ਕਰਜ਼ੇ ਅਤੇ ਬੋਝ 'ਤੇ ਦੱਬਿਆ, ਆਪਣੇ ਕੋਲ ਰੈਵੀਨਿਊ ਦੀ ਘਾਟ ਹੈ, ਫੰਡਸ ਦੀ ਘਾਟ ਹੈ। ਇਸ ਲਈ ਜੇ ਇਨਫਰਾਸਟ੍ਰਕਚਰ ਪ੍ਰੋਜੈਕਟ ਹੈ, ਇੰਡਸਟਰੀਅਲ ਪ੍ਰੋਜੈਕਟ ਹੈ, ਹੋਰ ਚੀਜ਼ਾਂ, ਆਪਾਂ ਨੂੰ ਕਿਤੇ ਨਾ ਕਿਤੇ ਉਹ ਪੂਰੀ ਸਕੀਮਾਂ ਦਾ ਉਹਦਾ ਫਾਇਦਾ ਚੁੱਕਣਾ ਪਏਗਾ। ਇਹ ਪੈਡੀ ਅਤੇ ਇਹਦੇ ਜੋ ਬਾਹਰ ਨਿਕਲਣਾ ਪਏਗਾ, ਜਿਹੜਾ ਇਹ ਪੈਡੀ ਔਰ ਝੋਨੇ ਦਾ, ਝੋਨਾ ਕਣਕ ਤੋਂ, ਅਤੇ ਆਪਾਂ ਨੂੰ ਜਿਹੜਾ ਮਿਲਟਸ ਹੈ, ਐਡੀ ਵੀ ਜਿਵੇਂ ਕਿਹਾ ਮੱਕਾ ਹੈ, ਝੋਨਾ ਆਪਣਾ ਹਾਰਟੀਕਲਚਰ ਹੈ, ਅਤੇ ਇਹ ਚੀਜ਼ਾਂ ਵੱਲ ਆਪਾਂ ਨੂੰ ਕਰਨਾ ਪਏਗਾ। ਦੇਸ਼ ਦਾ ਬਜਟ ਆਉਣ ਵਾਲਾ ਅਤੇ ਬਜਟ ਨੂੰ ਲੈ ਕੇ ਪੰਜਾਬ ਨੂੰ ਕਈ ਤਰ੍ਹਾਂ ਦੀ ਆਸਾਂ ਨੇ, ਇਸ ਨੂੰ ਲੈ ਕੇ ਗੱਲ ਕਰਾਂਗੇ ਸਾਡੇ ਨਾਲ ਬਿਕਰਮਜੀਤ ਸਿੰਘ ਸਾਨੀ ਮੌਜੂਦ ਨੇ, ਗੱਲਬਾਤ ਕਰਦੇ ਹਨ। ਸਾਨੀ ਸਾਹਿਬ, ਤੁਸੀਂ ਬਜਟ ਨੂੰ ਲੈ ਕੇ ਵੀ ਆ ਰਿਹਾ, ਉਸ ਨੂੰ ਲੈ ਕੇ ਗੱਲ ਕਰਾਂਗੇ, ਅਤੇ ਗਵਰਨਰ ਸਾਹਿਬ ਨੂੰ ਮਿਲੇ ਨੇ, ਦੱਸ ਰਹੇ ਹੋ ਤੁਸੀਂ ਕਿ ਉਹ ਬਾਰਡਰ ਏਰੀਆ 'ਚ ਜਾ ਰਹੇ ਨੇ। ਹਾਂਜੀ, ਉਹ ਮੈਂ 2 ਸਾਲ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਆਇਆ ਪੰਜਾਬ ਅੱਜ, ਅਤੇ ਉਹਨਾਂ ਨਾਲ ਗੱਲਬਾਤ ਹੋਣਗੇ, ਬਾਰਡਰ ਡਿਸਟ੍ਰਿਕਟ ਜਾ ਰਹੇ ਹਾਂ। ਅਤੇ ਮੈਂ ਕਿਹਾ ਜੀ ਬਾਰਡਰ ਡਿਸਟ੍ਰਿਕਟ ਜਾ ਰਹੇ ਹੋ ਜੀ ਸਦਕਾ, ਪੰਜਾਬ ਦੇ ਤੁਸੀਂ ਗਵਰਨਰ ਹੋ, ਅਤੇ ਇੱਥੇ GST ਦੇ ਮਾਫ਼ ਕਰਾਓ। ਉਹ ਮਾਨ ਸਾਹਿਬ ਵੀ ਵਿਚਾਰੇ, CM ਸਾਹਿਬ ਵੀ ਲੱਗੇ ਆ, ਹਰਪਾਲ ਚੀਮਾ ਵੀ ਲੱਗੇ ਆ, ਵਿਚਾਰੇ ਲੱਗੇ ਹੀ ਰਹਿੰਦੇ ਆ। ਅਸੀਂ ਸਾਰੇ ਪਾਰਲੀਮੈਂਟ 'ਚ ਵੀ ਆਪਾਂ ਕਹਿੰਦੇ ਹਾਂ, ਅਤੇ ਘੱਟੋ ਘੱਟ GST ਉੱਥੇ ਮਾਫ਼ ਹੋ ਜਾਏ, ਸਬਸਿਡੀ ਹੋ ਜਾਏ, ਆਪਣੇ ਬਾਰਡਰ ਡਿਸਟ੍ਰਿਕਟਾਂ 'ਚ ਹੀ ਵਪਾਰ ਹੋ ਜਾਓ। ਕਹਿੰਦੇ ਮੈਂ ਹੁਣੇ ਹੀ, ਮੈਂ ਕਿਹਾ ਜੀ ਅੱਜ ਹੀ ਚਿੱਠੀ ਲਿਖੋ, ਅਤੇ ਉਹਨਾਂ ਨੇ ਪ੍ਰਵਾਨਗੀ ਦਿੱਤੀ ਵੀ ਉਹ ਲਿਖ ਰਹੇ ਆ, ਗੱਲ ਵੀ ਕਰਨਗੇ ਵਿੱਤ ਮੰਤਰੀ ਨਾਲ। ਅਤੇ ਇੱਦਾਂ ਬਜਟ 'ਚ ਹੋਰ ਵੀ ਸਾਨੂੰ ਉਮੀਦ ਹੈ, ਜੋ ਅਸੀਂ ਕਿਹਾ ਪੰਜਾਬ ਦੇ ਵਿੱਚ ਜੋ ਇੰਨਾ ਡੈਟ ਕ੍ਰਾਈਸਿਸ ਹੈ, ਉਹਦੀ ਤਾਂ ਮੈਨੂੰ ਉਮੀਦ ਨਹੀਂ ਹੈ ਜ਼ਿਆਦਾ ਵੀ ਡੈਟ ਦੇ ਇੰਟਰਸਟ 'ਤੇ ਮੋਰਟੋਰੀਅਮ ਮਿਲੇਗਾ ਜਾਂ ਨਹੀਂ ਮਿਲੇਗਾ। ਪਰ ਇਹ ਬਾਰਡਰ ਡਿਸਟ੍ਰਿਕਟ ਵਾਲਾ ਕੰਮ ਹੋ ਜਾਏ, ਜੇ ਆਪਣਾ ਖੇਤੀਬਾੜੀ ਦੀ ਆਪਾਂ ਕਰੋਪ ਡਿਵਰਸੀਫਿਕੇਸ਼ਨ ਦੀ ਗੱਲ ਕਰ ਰਹੇ, ਪੈਡੀ ਤੋਂ ਦੂਰ ਜਾਈਏ, ਪਾਣੀ ਦੀ ਯੂਟੀਲਾਈਜੇਸ਼ਨ 168% ਹੋ ਗਈ ਹੈ, ਜਿਹੜੀ ਬੜੀ ਚਿੰਤਾਜਨਕ ਗੱਲ ਹੈ। ਅਤੇ ਉਹਦੇ ਲਈ ਘੱਟੋ ਘੱਟ ਹੁਣ ਪੰਜਾਬ ਸਰਕਾਰ ਵੱਲੋਂ ਪ੍ਰਪੋਜ਼ਲ ਭੇਜੀ ਗਈ, ਜਿਹਦੀ ਅਸੀਂ ਵੀ ਪ੍ਰੋੜਤਾ ਕੀਤੀ, ਫਾਈਨੈਂਸ ਮਿਨਿਸਟਰ ਨੂੰ ਵੀ ਕਿਹਾ, 8,070 ਕਰੋੜ ਮੰਗਿਆ ਗਿਆ, 12,00,000 ਹੈਕਟੇਅਰ ਜ਼ਮੀਨ ਦੀ ਕਰੋਪ ਡਿਵਰਸੀਫਿਕੇਸ਼ਨ, ਉੱਥੇ ਮਿਲਟਸ ਹੋਣ, ਮੱਕਾ ਹੋਏ, ਐਡੀਬਲ ਸੀਡ ਉਗਾਏ ਜਾਣ, ਹੋਰ ਚੀਜ਼ਾਂ ਹੋਣ। ਸਟਬਲ ਬਰਨਿੰਗ ਦੀ ਪ੍ਰੋਬਲਮ ਹੈ ਹਮੇਸ਼ਾ, ਇਹ ਉਦੋਂ ਤੱਕ ਖਤਮ ਨਹੀਂ ਹੋ ਸਕਦੀ। ਕਿਸਾਨ ਵਿਚਾਰਾ ਕੀ ਕਰੇ ਜਦੋਂ ਤੱਕ ਆਪਾਂ ਉਹਨੂੰ ਮਸ਼ੀਨਾਂ ਜਿਹੜਾ ਹੈਪੀ ਸੀਡਰ ਹੈ, ਬੇਲਰ ਹੈ, ਉਹ ਲੀਜ਼ 'ਤੇ ਨਹੀਂ ਦੇਵਾਂਗੇ, ਅੱਗੇ ਬਾਇਓਗੈਸ ਪਲਾਂਟ ਲੱਗਣ। ਹਰ ਪ੍ਰੋਬਲਮ ਦਾ ਸਲਿਊਸ਼ਨ ਕੱਢਣਾ ਪਏਗਾ। ਇਹ ਉਹ ਓਵਰਨਾਈਟ, ਉਹ ਕਹਿਣ ਵੀ ਤੀਲੀ ਲਾਉਂਦੇ, ਹੁਣ ਓਵਰਨਾਈਟ ਤਾਂ ਬੰਦ ਨਹੀਂ ਹੋ ਸਕਦਾ ਕੰਮ, ਉਹਦੇ ਸੈਂਟਰ ਦੀ ਸਪੋਰਟ ਚਾਹੀਦੀ। ਦੂਜਾ ਮੈਂ ਅਜੇ ਵੀ ਕਿਹਾ ਕਿ ਵੀ ਸੈਂਟਰ ਸਟੇਟ ਦਾ ਸੁਖਾਵੇਂ ਰਿਸ਼ਤੇ ਹੋਣੇ ਚਾਹੀਦੇ ਮੇਰੇ ਹਿਸਾਬ ਨਾਲ। ਅਤੇ ਆਪਾਂ ਆਮ ਬੰਦਿਆਂ ਦਾ, ਆਮ ਪੰਜਾਬੀਆਂ ਨੇ ਕੀ ਨੁਕਸਾਨ ਕੀਤਾ, ਠੀਕ ਹੈ, ਆਪਣੇ ਜਿਹੜੇ ਕੁਛ ਮਸਲਿਆਂ 'ਤੇ ਅਸੀਂ ਸਟੈਂਡ ਲਿਆ ਸਰਕਾਰ ਨੇ, ਪੰਜਾਬ ਸਰਕਾਰ ਨੇ, ਉਹਦੇ ਅਸੀਂ ਨਾਲ ਹਾਂ, ਪਰ ਉਹਦੇ ਵਿੱਚ ਰਹਿੰਦੇ ਹੋਏ ਅਸੀਂ ਫਿਰ ਵੀ ਥੋੜ੍ਹਾ ਜਿਹਾ ਸੁਖਾਵਾਂ ਮਾਹੌਲ ਬਣਾਈਏ, ਅਤੇ ਜੋ ਸੈਂਟਰ ਸਕੀਮ ਹੈ ਉਹਦਾ ਫਾਇਦਾ ਲਈਏ। ਕਿਉਂਕਿ ਦੇਖੋ, ਇੱਕ ਹਾਰਸ਼ ਰਿਐਲਿਟੀ ਹੈ ਕਿ ਪੰਜਾਬ ਕਰਜ਼ੇ ਦੇ ਬੋਝ 'ਤੇ ਦੱਬਿਆ, ਆਪਣੇ ਕੋਲ ਰੈਵੀਨਿਊ ਦੀ ਘਾਟ ਹੈ, ਫੰਡਸ ਦੀ ਘਾਟ ਹੈ। ਇਸ ਲਈ ਜੇ ਇਨਫਰਾਸਟ੍ਰਕਚਰ ਪ੍ਰੋਜੈਕਟ ਹੈ, ਇੰਡਸਟਰੀਅਲ ਪ੍ਰੋਜੈਕਟ ਹੈ, ਹੋਰ ਚੀਜ਼ਾਂ, ਆਪਾਂ ਨੂੰ ਕਿਤੇ ਨਾ ਕਿਤੇ ਉਹਦੀ ਸਕੀਮਾਂ ਦਾ, ਉਹਦਾ ਫਾਇਦਾ ਚੁੱਕਣਾ ਪਏਗਾ। ਸਕੀਮਾਂ ਦਾ ਫਾਇਦਾ ਚੁੱਕਣਾ ਪਏਗਾ, ਗੱਲ ਤੁਸੀਂ ਕੀਤੀ ਕਿ ਪੰਜਾਬ ਦਾ, ਜੇ ਪਾਣੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਆਮ ਲੋਕ ਵੀ ਇਹ ਮੁੱਦਾ ਚੱਕ ਰਹੇ, ਲੱਗਦਾ ਕਿ ਇਹ ਮੁੱਦਾ ਕਿਤੇ ਸੈੱਟ ਹੋਏਗਾ? ਨਹੀਂ, ਇਹ ਐਵਰੀਬਾਡੀ ਇਜ਼ ਕੰਸਰਨਡ, ਇਨਵਾਇਰਮੈਂਟਲਿਸਟ ਤੋਂ ਲੈ ਕੇ ਸਾਰੇ। ਪਰ ਇਹਦਾ ਤਾਂ ਇਹੀ ਹੈ ਨਾ ਕਿ ਹੁਣ ਪੈਡੀ ਦਾ ਇੱਕ ਤਾਂ ਇਹ ਹੈ ਵੀ ਉਹ ਦੂਜੇ ਢੰਗ ਨਾਲ ਕਰੋ, ਉਹਦੇ 'ਤੇ ਵੀ ਕਾਫੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ, ਸਾਡੇ ਫੁਲਕਾ ਜੀ, ਹੋਰ ਕਾਫੀ ਐਕਸਪੈਰੀਮੈਂਟ ਹੋਏ ਹੈ, ਮਾਨ ਸਾਹਿਬ ਵੀ ਰੋਜ਼ ਅਪੀਲ ਕਰਦੇ। ਪਰ ਮੇਨ ਇਹਦਾ ਹੈ ਕਿ ਆਪਾਂ ਨੂੰ ਇਹ ਪੈਡੀ ਅਤੇ ਇਹਦੇ ਜੋ ਬਾਹਰ ਨਿਕਲਣਾ ਪਏਗਾ, ਜਿਹੜਾ ਇਹ ਪੈਡੀ ਔਰ ਝੋਨੇ ਦਾ, ਝੋਨਾ ਕਣਕ ਤੋਂ,
ਅਤੇ ਆਪਾਂ ਨੂੰ ਜਿਹੜਾ ਮਿਲਟਸ ਹੈ, ਐਡੀ ਜਿਵੇਂ ਮੈਂ ਕਿਹਾ ਮੱਕਾ ਹੈ, ਝੋਨਾ, ਆਪਣਾ ਹਾਰਟੀਕਲਚਰ ਹੈ, ਅਤੇ ਇਹ ਚੀਜ਼ਾਂ ਵੱਲ ਆਪਾਂ ਨੂੰ ਕਰਨਾ ਪਏਗਾ। ਅਸੀਂ ਫਾਰਮਰ ਪ੍ਰੋਡਿਊਸਰ ਔਰਗਨਾਈਜੇਸ਼ਨ ਵੱਲ ਵੀ ਮੈਂ ਜਾਤੀ ਤੌਰ 'ਤੇ ਬਹੁਤ ਕੰਮ ਕਰ ਰਿਹਾ, ਬਹੁਤ ਐਡਵਾਂਸ ਸਟੇਜ 'ਤੇ ਕੰਮ ਹੈ। ਚਿੱਲੀ ਦਾ ਅਸੀਂ ਫਾਰਮਰ ਕਲੱਸਟਰ ਫਿਰੋਜ਼ਪੁਰ ਬਣਵਾ ਰਹੇ ਹਾਂ, ਕਿਨੂ ਦੇ ਚੱਲ ਰਿਹਾ ਐਤਕੀ, ਕੋਈ ਕਿਨੂ ਦੀ ਕਰੋਪ ਵੀ ਵਧੀਆ ਨਹੀਂ ਹੋਈ, ਇੱਦਾਂ ਹੁਣ ਪਿੱਛੇ ਲੀਚੀ ਵੀ ਆਪਣੀ ਲੰਡਨ ਗਈ ਹੈ। ਇਹ ਸਾਰੇ ਆਪਾਂ ਨੂੰ ਇੱਕ ਵਾਰ ਫੂਟਿੰਗ 'ਤੇ ਪੰਜਾਬ ਦੇ ਐਗਰੀਕਲਚਰ ਪੋਲਿਸੀ ਜਿਹੜੀ ਬਹੁਤ ਵਾਈਬ੍ਰੈਂਟ ਪੋਲਿਸੀ ਬਣਾਈ ਜਾ ਰਹੀ ਹੈ, ਉਹ ਵੀ ਮੈਨੂੰ ਉਮੀਦ ਹੈ ਜਲਦੀ ਆਏਗੀ, ਤਾਂ ਉਹਨੂੰ ਹਰ ਚੀਜ਼ ਦਾ ਆਪਾਂ ਨੂੰ ਮੁਲਿਆਂਕਣ ਔਰ ਰਿਵਿਊ ਹਰ ਮਹੀਨੇ ਕਰਨਾ ਪਏਗਾ, ਤਾਂ ਜਾ ਕੇ ਕੁਛ ਅਚੀਵ ਹੋਏਗਾ। ਦੇਖਿਆ, ਸਰਕਾਰਾਂ ਗਲਤਾਂ ਜ਼ਰੂਰ ਕਰਦੀਆਂ ਨੇ ਇਸ ਮੁੱਦੇ ਨੂੰ ਲੈ ਕੇ, ਪਰ ਉਹ ਅਸਲ ਰੂਪ 'ਚ ਇੰਪਲੀਮੈਂਟ ਹੀ ਨਹੀਂ ਹੁੰਦੇ ਹੈਗੇ। ਨਹੀਂ ਦੇਖੋ, ਉਹ ਤਾਂ ਹੁਣ ਪੰਜਾਬ ਸਰਕਾਰ, ਅਸੀਂ ਤਾਂ ਪੰਜਾਬ ਸਰਕਾਰ ਦੇ ਸਿਪਾਹੀ ਹਾਂ, ਪੰਜਾਬੀਆਂ ਦੇ ਸਿਪਾਹੀ ਹਾਂ, ਖੜ੍ਹੇ ਹਾਂ ਰਾਤ ਦਿਨ, ਤਨੋ ਮਨੋ ਤਨੋ ਅਸੀਂ ਖੜ੍ਹੇ ਹਾਂ। ਬਾਕੀ ਪੰਜਾਬ ਸਰਕਾਰ ਵੀ ਕਰ ਰਹੀ ਹੈ ਜਿੰਨਾ ਉਹਨਾਂ ਤੋਂ ਹੋ ਪਾ ਰਿਹਾ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਉਹਨਾਂ ਨੂੰ ਹੋਰ ਬਲ ਉੱਦਮ ਬਖਸ਼ੇ। ਸਾਰੇ ਮੰਤਰੀ ਬਹੁਤ ਸੂਝਵਾਨ ਨੇ, CM ਸਾਹਿਬ ਸਾਰੇ ਇਹਨੂੰ ਹੋਰ ਪ੍ਰੋੜਤਾ ਨਾਲ ਕਰਨ। ਨਾਲੇ ਦੇਖਿਆ ਜਾਵੇ ਤਾਂ ਹੇਟ ਸਪੀਚ ਦਾ ਮੁੱਦਾ ਵੀ ਲਗਾਤਾਰ ਭਖਦਾ, ਬਹੁਤ ਸਾਰੇ ਸਿਆਸੀ ਆਗੂ ਨੇ ਜੋ ਗਲਤਾਂ ਕਰਦੇ ਨੇ, ਤੁਸੀਂ ਖੁਦ ਇਹ ਮੁੱਦਾ ਚੁੱਕਿਆ? ਨਹੀਂ ਦੇਖੋ, ਮੈਂ ਤਾਂ 1982-83 'ਚ ਇੱਥੇ ਪੜ੍ਹਿਆ, ਉਹ ਸਾਡੇ ਸਾਹਮਣੇ ਪਹਿਲੇ ਸੈਂਸਿਸ ਦੀ ਗੱਲ ਚੱਲੀ ਵੀ ਅਖੇ, ਉੱਥੇ ਲੋਕਾਂ ਨੇ ਲਿਖਾਉਣਾ ਸ਼ੁਰੂ ਕਰਤਾ ਸਾਡੀ ਪੰਜਾਬੀ ਮਾਂ ਭਾਸ਼ਾ ਨਹੀਂ, ਉੱਥੋਂ ਇਹ ਸਾਰਾ ਰੌਲਾ ਪਿਆ। ਫਿਰ SYL ਚੱਲ ਗਿਆ, ਉਹ ਦੇਖਦੇ ਦੇਖਦੇ 2-3 ਸਾਲਾਂ 'ਚ ਵਿਗੜਦੇ 84 ਦੇ ਦੱਸੋ ਰਾਇਟ ਹੋ ਗਏ, ਬਲੂ ਸਟਾਰ, ਇਹ ਉਹ, ਫਿਰ 15-20 ਸਾਲ ਪਤਾ ਹੀ ਨਹੀਂ ਲੱਗੇ ਪੰਜਾਬ ਪਛੜ ਗਿਆ ਕਿੱਥੇ। ਸਾਡੀ ਪਰ ਕੈਪਿਟਾ ਇਨਕਮ ਜ਼ਿਆਦਾ ਸੀ, ਸਭ ਤੋਂ ਜ਼ਿਆਦਾ ਸੀ। ਹੁਣ ਅਸੀਂ ਨਹੀਂ ਅਫੋਰਡ ਕਰ ਸਕਦੇ ਕਿ ਦੁਬਾਰਾ ਇਹੋ ਜਿਹਾ ਕੋਈ, ਜਿਹੜਾ ਬੰਦਾ ਵੀ ਇੱਦਾਂ ਸਿਰ ਕੱਢਦਾ, ਕੋਈ ਵੱਖਰਵਾਦੀ ਗੱਲ ਕਰਦਾ, ਵੱਖਰੇਵੇਂ ਦੀ ਗੱਲ ਕਰਦਾ, ਇੱਥੇ ਕੋਈ ਫਰਕ ਥੋੜ੍ਹਾ, ਹਿੰਦੂ ਸਿੱਖ ਸਾਰੇ ਭਾਈਚਾਰਾ, ਮੁਸਲਮਾਨ, ਇੱਥੇ ਕੋਈ ਫਰਕ ਹੈ ਹੀ ਨਹੀਂ। ਜਿਹੜਾ ਕੋਈ ਫਰਕ ਪਾਉਣ ਦੀ ਕੋਸ਼ਿਸ਼ ਕਰਦਾ, ਮੈਂ ਤਾਂ ਚਾਹੁੰਦਾ ਸਰਕਾਰ ਤਾਂ ਕਰੇ ਹੀ ਕਰੇ, ਮੈਂ ਤਾਂ ਅਪੀਲ ਕੀਤੀ ਕਿ ਲੋਕਾਂ ਨੂੰ ਕਿਹਾ ਉਹਨੂੰ ਅਨਫੋਲੋ ਕਰ ਲਓ, ਉਹਨੂੰ ਬਲੌਕ ਕਰ ਲਓ, ਜੇ ਉਹਦਾ ਚੱਲੇਗਾ ਹੀ ਨਹੀਂ ਸਮਾਨ, ਉਹਦਾ ਪੋਸਟ ਕੋਈ ਪੜ੍ਹੇਗਾ ਹੀ ਨਹੀਂ ਨਾ। ਇੱਥੇ ਤਾਂ ਉਹਨੂੰ ਆਪਾਂ ਹਵਾ ਦੇ ਜਾਂਦੇ ਅੱਗ ਨੂੰ, ਉਹ ਲਿਖਦਾ, ਉੱਥੇ 4 ਹੋਰ ਲਿਖਦੇ, ਫਿਰ 10 ਲਿਖਦੇ, ਛੋਟੀ ਜਿਹੀ ਗੱਲ ਹੁੰਦੀ ਹੈ, ਉਹ ਚਿੰਗਾਰੀ ਤੋਂ ਭਾਂਬੜ ਬਣਾਈ ਜਾ ਰਹੇ ਹੈ। ਇਹ ਬਿਲਕੁਲ 0 tolerance ਹੋਣਾ ਚਾਹੀਦਾ, ਉਹ ਪੁਲਿਸ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਸਖ਼ਤ ਤੋਂ ਸਖ਼ਤ। ਇਸ ਮੁੱਦੇ ਨੂੰ ਲੈ ਕੇ ਤੁਸੀਂ DGP ਪੰਜਾਬ ਨੂੰ ਵੀ ਅੱਜ ਮਿਲੇ? ਮੈਂ ਮੈਮੋਰੈਂਡਮ ਦਿੱਤਾ ਉਹਨਾਂ ਨੂੰ, ਜਾਇਤਾ ਦਿੱਤਾ, ਮੇਰੇ ਤਾਂ ਦਿਮਾਗ 'ਚ ਹੋਰ ਬਹੁਤ ਕੁਛ ਸੀ ਕਰਨ ਨੂੰ, ਲੇਕਿਨ ਚਲੋ ਪਹਿਲਾਂ ਆਪਾਂ DGP ਸਾਹਿਬ ਨੇ, ਉਹਨਾਂ ਨੇ ਵੀ ਵਿਸ਼ਵਾਸ ਦਿਲਵਾਇਆ ਕਿ ਆਪਾਂ ਅਸੀਂ ਉਹ ਵਾਰ ਫੁਟਿੰਗ 'ਤੇ ਕਰ ਰਹੇ ਹਾਂ। ਮੈਂ ADGP ਜਿਹੜੇ ਅਮਿਤ ਪ੍ਰਸਾਦ ਜੀ, ਮੈਡਮ ਨੀਰਜਾ ਕਿ ਉਹ, ਉਹਨਾਂ ਨਾਲ ਮੈਂ ਤਾਂ ਹਰ ਦੂਜੇ ਚੌਥੇ ਦਿਨ ਗੱਲ ਕਰਦਾ ਰਹਿੰਦਾ। ਅੱਜ ਤਾਂ ਮੈਂ ਡੋਜ਼ੀਅਰ ਹੀ ਦੇ ਦਿੱਤਾ ਕਿ ਆਹ 36-37 ਪੇਜ ਦਾ ਵੀ ਆ, ਦੇਖ ਲਓ ਕੀ ਲਿਖਦੇ, ਅਤੇ ਉਹ ਕਹਿੰਦੇ ਅਸੀਂ ਪਰਚੇ ਦਰਜ ਕਰਾਂਗੇ। ਮੈਂ ਕਿਹਾ ਉਹ ਕਹਿੰਦੇ ਅਸੀਂ ਸੈਂਟਰ ਉੱਥੇ MOIT ਨੂੰ ਲਿਖੀ ਜਾ ਰਹੇ, ਉਹ ਨਹੀਂ ਕਰਦੇ। ਅਸੀਂ ਫਿਰ ਉਹ ਐਗਜ਼ਾਮਪਲ ਦਿੱਤਾ, ਮਨੀਪੁਰ ਗੌਰਮੈਂਟ ਨੇ ਉੱਥੇ ਪਰਚੇ ਦਰਜ ਕਰਤੇ ਆਪ ਹੀ, ਅਤੇ ਮੈਂ ਕਿਹਾ ਤੁਸੀਂ ਲਿਖੋ ਅਤੇ ਨਾਲ ਪਰਚਾ ਵੀ ਦਰਜ ਕਰ ਦਿਓ ਅਤੇ ਲਿਖ ਵੀ ਦਿਓ, ਤੁਸੀਂ ਆਪਣਾ ਕੰਮ ਤਾਂ ਕਰੋ। ਇਹਦੇ ਨਾਲੇ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਲਗਾਤਾਰ ਭਗਦਾ, ਇਸ ਨੂੰ ਲੈ ਕੇ ਤੁਸੀਂ ਵੀ ਕੰਮ ਕੀ? ਨਹੀਂ, ਮੈਂ ਬਹੁਤ ਚਿਰ ਤੋਂ ਰੋਜ਼ ਹੀ ਪੜ੍ਹਦਾ ਸੀ, ਅਤੇ ਸੰਬੋਡੀ ਹੈਜ਼ ਟੂ ਬੈਲ ਦਾ ਕੈਟ, ਅਤੇ ਇੱਕ ਦਿਨ ਟਾਈਮ ਮਿਲ ਗਿਆ ਅਤੇ ਮੈਂ ਪਾਰਲੀਮੈਂਟ ਵਿੱਚ ਬੋਲਿਆ। ਮੈਂ ਕਿਹਾ ਵੀ ਇੱਕ ਦੇਸ਼ ਦੇ ਵਿੱਚ 2-3 ਕਾਨੂੰਨ ਨਹੀਂ ਹੋ ਸਕਦੇ, ਅਤੇ ਆਪਾਂ ਨੂੰ ਕਿਤੇ ਨਾ ਕਿਤੇ ਕਿਤੇ ਕੋਈ ਰਿਹਾ ਹੋ ਰਿਹਾ ਬਿਨਾਂ ਉਹ ਆਪਣੀ ਜਿਹੜੀ ਸੈਂਟੈਂਸ ਤੋਂ ਘਿਨਾਉਣੇ ਅਪਰਾਧ ਕਰਕੇ ਆਪਣੀ ਸਜ਼ਾ ਤੋਂ ਪਤਾ ਨਹੀਂ 5-10 ਸਾਲ ਪਹਿਲਾਂ ਹੀ ਰਿਹਾ ਹੋ ਗਏ,
ਕੋਈ ਬੰਦੇ ਪੈਰੋਲਾਂ 'ਤੇ ਘੁੰਮ ਰਹੇ ਆ, 20-20 ਪੈਰੋਲਾਂ ਮਿਲ ਰਹੀਆਂ, ਕੋਰਟ ਹੈ ਕੁਛ ਹੈ, ਇਹ ਬੰਦੇ ਕੰਪਲੀਟ ਜਿਹੜੇ ਕਰ ਚੁੱਕੇ, ਮੈਂ ਨਹੀਂ ਕਹਿੰਦਾ, ਮੈਂ ਕਿਹਾ ਮੈਰਿਟ 'ਤੇ ਕੋਈ ਕਮੇਟੀ ਬਣਾ ਦਿਓ, ਕੋਈ ਰਿਵਿਊ ਕਰ ਲਓ। ਹੁਣ ਦਿੱਲੀ ਸਰਕਾਰ ਕਹਿੰਦੀ ਹੈ, ਅਸੀਂ ਪ੍ਰੋਫੈਸਰ ਜਿਹੜੇ ਸਰਬਜੀਤ ਸਿੰਘ ਉਹਨਾਂ ਦਾ ਅਸੀਂ ਓਕੇ ਕਰਤਾ, ਉਹਨੇ ਨਹੀਂ ਕੀਤਾ ਓਕੇ, ਉਹ ਕਹਿੰਦਾ ਉਹਨੇ ਨਹੀਂ ਕੀਤਾ। ਉਹ ਮੈਂ ਕਿਹਾ ਆਪਸ 'ਚ ਕਮੇਟੀ ਬਣਾ ਕੇ ਰਿਵਿਊ ਕਰ ਲਓ, ਜਿਹਨਾਂ ਦਾ ਸਜ਼ਾ ਪੂਰੀ ਹੋ ਗਈ, ਜਿਹੜੇ ਮੈਂਟਲ ਟੋਰਚਰ ਹੈ, ਜਿਹਨਾਂ ਦੀ ਦਿਮਾਗੀ ਸੰਤੁਲਨ ਬਾਬਾ ਜੀ ਚਲਾ ਗਿਆ ਹੈ, ਜਿਹੜੇ ਬੰਦੇ ਕਰੈਕਟਰ ਠੀਕ ਹੈ, ਜਿਹੜੇ ਬੰਦੇ ਪੇਰੋਲ 'ਤੇ ਆ ਗਏ, ਕੁਛ ਬੰਦੇ ਰਹਿ ਗਏ 6-6 ਮਹੀਨੇ, ਉਹਨਾਂ ਦਾ ਕੰਡਕਟ ਠੀਕ ਹੈ, ਉਹਨਾਂ ਨੂੰ ਹੁਣ ਛੱਡ ਦਿਓ। ਹੁਣ ਮਤਲਬ ਉਹਨਾਂ ਨੂੰ ਜਿਹਨਾਂ ਪੂਰੀ ਹੋ ਗਈ ਉਹਨੂੰ ਕੀ ਰੱਖ ਕੇ ਕੀ ਕਰੋਗੇ? ਇਹਦੇ ਨਾਲ ਥੋੜ੍ਹੀ ਜਿਹੀ ਮਰਮ ਲੱਗੇਗੀ ਆਮ ਪੰਜਾਬੀਆਂ 'ਤੇ, ਅਤੇ ਕੁਛ ਨਾ ਕੁਛ ਕਰਨਾ ਚਾਹੀਦਾ ਰਿਵਿਊ ਕਮੇਟੀ ਬਣਾ ਕੇ। ਇਹਨੂੰ ਹਰ ਟਾਈਮ ਆਪਾਂ ਰਾਜਨੀਤੀ ਦੇ ਪ੍ਰਿਜ਼ਮ ਨਾਲ ਦੇਖੀ ਜਾਵਾਂਗੇ, ਫਿਰ ਉਹ ਗੈਪ ਵੱਧਦਾ ਜਾਏਗਾ। ਥੈਂਕ ਯੂ। ਸੋ ਪੰਜਾਬ ਦੇ ਮੁੱਦਿਆਂ ਦੀ ਗੱਲ ਜਿੱਥੇ ਬਜਟ ਦੇ ਵਿੱਚ ਕੀਤੀ ਜਾਊਗੀ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਇਹਨਾਂ ਵੱਲੋਂ ਚੱਕਿਆ ਗਿਆ। ਹੁਣ ਦੇਖਣਾ ਹੋਵੇਗਾ ਕਿ ਇਸ ਬਾਰੇ ਸਰਕਾਰ ਕੀ ਕਰਦੀ ਹੈ। ਕੈਮਰਾ ਪਰਸਨ ਸੰਦੀਪ ਦੇ ਨਾਲ ਰਵੀ ਚੱਕੂ।